ਵਧੀਆ ਖਾਓ ਪੀਓ, ਗੇਮ ਦੇ ਨਾਲ ਜੁੜੋ, ਆਪਣਾ ਟ੍ਰੇਨਿੰਗ ਕਰੋ ਜੀ, ਜਿੰਨੀ ਵੀ ਕਾਰ ਹੁੰਦੀ ਹੈ ਮਾੜੀਆਂ ਚੀਜ਼ਾਂ ਤੋਂ ਬਚੋ ਜੀ, ਵਧੀਆ ਚੀਜ਼ਾਂ ਖਾਓ ਜੀ, ਇਹ ਸਾਰਿਆਂ ਨੂੰ ਜੀ ਕਿ ਅਪੀਲ ਹੈ ਜੀ, ਵਧੀਆ ਚੀਜ਼ਾਂ ਖਾਓ ਜੀ, ਮਾੜੀ ਚੀਜ਼ ਤੋਂ ਬਚੋ। ਹਾਕੀ ਦਾ ਜਾਦੂਗਰ ਧਿਆਨ ਚੰਦ ਜੀ ਨੂੰ ਕਿਹਾ ਜਾਂਦਾ, ਕ੍ਰਿਕਟ ਦਾ ਜਾਦੂਗਰ ਸਚਿਨ ਤੇਂਦੁਲਕਰ ਨੂੰ ਕਿਹਾ ਜਾਂਦਾ, ਇਸੇ ਹੀ ਤਰ੍ਹਾਂ ਹੁਣ ਕਬੱਡੀ ਦਾ ਜਾਦੂਗਰ ਜਿਹੜਾ ਉਹ ਅਬਦੁੱਲਾ ਜੀ ਨੂੰ ਕਿਹਾ ਜਾ ਰਿਹਾ। ਸੋ ਸਾਡੇ ਨਾਲ ਨੇ ਜਿਨ੍ਹਾਂ ਨੇ ਅੱਜ ਆਪਣੀ ਕਬੱਡੀ ਦੇ ਨਾਲ ਆਪਣੇ ਫੁਰਤੀਲੇ ਅੰਦਾਜ਼ ਦੇ ਨਾਲ ਪੂਰੀ ਪਬਲਿਕ ਦਾ ਮਨ ਮੋਹ ਲਿਆ ਔਰ ਵਿਸ਼ਵ ਕਬੱਡੀ ਵਰਲਡ ਕੱਪ ਜਿਹੜਾ ਭਾਰਤ ਦੀ ਝੋਲੀ ਦੇ ਵਿੱਚ ਪਾਇਆ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਐਨਆਰਏ ਕਬੱਡੀ ਜਿੰਨੇ ਵੀ ਦੇਖ ਰਿਹਾ ਜੀ, ਸਤਿ ਸ਼੍ਰੀ ਅਕਾਲ। ਅਬਦੁੱਲਾ ਜੀ, ਪੂਰਾ ਯੂਥ ਤੁਹਾਨੂੰ ਪਸੰਦ ਕਰ ਰਿਹਾ, ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਸਾਡੇ ਕੈਨੇਡਾ ਦੇ ਵਿੱਚ ਵੀ ਤੁਹਾਡੀ ਫਾਲੋਵਰ ਬਹੁਤ ਜ਼ਿਆਦਾ ਨੇ, ਤੋ ਕੈਨੇਡਾ ਦੇ ਵਿੱਚੋਂ ਵੀ ਤੁਹਾਡੇ ਨਾਲ ਬਹੁਤ ਲੋਕ ਜੁੜਦੇ ਨੇ, ਮਿਲਦੇ ਵੀ ਹੋਣਗੇ। ਸੋ ਆਹ ਜੋ ਲਗਾਤਾਰ ਲੜੀ ਜਿੱਤ ਦੀ ਲੜੀ ਸੀ, ਵਿਨਰ ਦੀ ਲੜੀ ਹੈ, ਇਹ ਤੁਹਾਡੇ ਖਾਤੇ ਦੇ ਵਿੱਚ ਰਹੀ ਹੈ ਜੀ। ਹਾਂਜੀ ਭਾਜੀ, ਬਹੁਤ ਵਧੀਆ ਮੈਚ ਸੀ, ਵਨ ਸਾਈਡਡ ਮੈਚ ਸੀ, ਪਰ ਮੁੰਡਿਆਂ ਨੇ ਬਹੁਤ ਸੋਹਣਾ ਮੈਚ ਦੇਗਾ, ਇਹ ਨਵੇਂ ਮੁੰਡੇ ਜੀ, ਥੋੜ੍ਹਾ ਜਿਹਾ ਜੇ ਕਿ ਹੋਰ ਪਲੇਅਰ ਆਏ, ਥੋੜ੍ਹਾ ਹੋਰ ਰੋਮਾਂਟਿਕ ਮੈਚ ਹੋਣਾ ਸੀ। ਹਾਂਜੀ ਅਬਦੁੱਲਾ ਜੀ, ਟੋਟਲ ਕਿੰਨੇ ਮੈਚ ਖੇਡੇ ਹੋ ਅੱਜ ਤੁਸੀਂ ਆ ਫਾਈਨਲ ਜਿੱਤਣ ਵਾਸਤੇ? ਪੰਜ ਮੈਚ ਹੀ ਖੇਡੇ। ਠੀਕ ਹੈ ਜੀ, ਇਹ ਤੁਸੀਂ ਪੰਜ ਮੈਚ ਜਿਹੜੇ ਖੇਡੇ ਨੇ, ਇਹ ਜਿਹੜੀ ਸਾਡੀ ਟੀਮ ਹੈ ਸਾਰੀ, ਤੁਹਾਡੇ ਸਾਥੀ ਬਾਕੀ, ਇਹ ਸਾਰੇ ਜਿਹੜੇ ਨੇ ਕਿਸੇ ਜਿੱਦਾਂ ਪੰਜਾਬ ਪੁਲਿਸ ਅਲੱਗ ਅਲੱਗ ਅਦਾਰਿਆਂ ਤੋਂ ਜਾਂ ਅਲੱਗ ਅਲੱਗ ਕਲੱਬਾਂ ਤੋਂ ਤੁਹਾਡੇ ਨਾਲ ਕੰਮ ਜਿਹੜੇ? ਨਹੀਂ ਭਾਜੀ, ਅੱਡ ਪਿੰਡਾਂ ਤੋਂ, ਅੱਡ ਡਿਸਟ੍ਰਿਕਟ ਦੇ ਵਿੱਚੋਂ ਸਿਲੈਕਸ਼ਨ ਹੋਈ ਹੈ ਪਲੇਅਰਾਂ ਦੀ। ਹਾਂਜੀ, ਅੱਡ ਜ਼ਿਲ੍ਹਿਆਂ ਤੋਂ ਅੱਡ। ਮਤਲਬ ਪਲੇਅਰ ਜਿਹੜੇ ਸਾਰੀ ਸਿਲੈਕਸ਼ਨ ਹੋਈ ਹੈ, ਖੇਡ ਵਿਭਾਗ ਨੇ ਸਿਲੈਕਸ਼ਨ ਕੀਤੀ, ਉਸ ਤੋਂ ਬਾਅਦ ਇਹ ਜੋ ਫਾਈਨਲ ਮੁਕਾਬਲਾ ਹੈ ਇਹ ਭਾਰਤ ਦੀ ਝੋਲੀ ਦੇ ਵਿੱਚ ਉਹਦਾ ਨਤੀਜਾ ਹੈ? ਬਿਲਕੁਲ ਜੀ, ਹਾਂਜੀ ਬਿਲਕੁਲ। ਅੱਛਾ ਅਬਦੁੱਲਾ ਜੀ, ਤੁਹਾਡਾ ਇਹ ਜੋ ਖੇਡ ਪ੍ਰੇਮ ਹੈ ਕਬੱਡੀ ਦੇ ਨਾਲ, ਮਾਂ ਖੇਡ ਕਬੱਡੀ ਦੇ ਨਾਲ, ਇਹ ਕਿਸ ਉਮਰ ਤੋਂ ਸਟਾਰਟ ਹੋਇਆ, ਇਹਦੇ ਪਿੱਛੇ ਕਾਰਨ ਕੀ ਰਿਹਾ, ਵਜ੍ਹਾ ਕੀ ਰਹੀ, ਕੋਈ ਪਰਿਵਾਰ ਦੇ ਵਿੱਚੋਂ ਸਪੋਰਟਸਮੈਨ ਸੀ ਜਾਂ ਕਿਸੇ ਦੀ ਪ੍ਰੇਰਨਾ ਸਰੋਤ ਤੁਸੀਂ ਇਸ ਖੇਡ 'ਚ ਆਏ? ਨਹੀਂ ਭਾਈ, ਸਕੂਲ ਟਾਈਮ ਪਹਿਲਾਂ ਨੈਸ਼ਨਲ ਸਟਾਈਲ ਖੇਡਦੇ ਸੀ, ਹੌਲੀ ਹੌਲੀ ਆਪਣੇ ਮੰਗੀ ਸਾਹ ਉਹਨਾਂ ਨੂੰ ਦੇਖ ਕੇ, ਕਿਉਂਕਿ ਸਾਡੇ ਸੀਨੀਅਰ ਸੀ ਪਿੰਡ ਦੇ ਵਿੱਚ, ਉਹ ਜ਼ਿਆਦਾ ਬਾਹਰ ਬੂਹ ਖੇਡਣ ਜਾਂਦੇ, ਵੀ ਉਹਨਾਂ ਨੂੰ ਦੇਖ ਕੇ ਉਤਸ਼ਾਹਿਤ ਹੁੰਦੇ, ਥੋੜ੍ਹਾ ਅਸੀਂ ਵੀ ਥੋੜ੍ਹਾ ਗਰਾਊਂਡ ਦੇ ਵਿੱਚ ਟ੍ਰੇਨਿੰਗ ਕਰਨੀ ਉਹਨਾਂ ਨਾਲ, ਹੌਲੀ ਹੌਲੀ ਕਿ ਸਰਕਲ ਸਟਾਈਲ ਦੇ ਨਾਲ ਜ਼ਿਆਦਾ ਥੋੜ੍ਹਾ ਮੋਹ ਪੈਂਦਾ ਹੈਗਾ, ਹੌਲੀ ਹੌਲੀ ਆਪਣੀ ਮਿਹਨਤ ਕਰਦੇ ਰਹੇ, ਅਤੇ ਪਹਿਲਾਂ ਵੇਟ ਦੀ ਵੀ ਖੇਡੀ ਕਾਫੀ ਟਾਈਮ, ਸਕੂਲ ਟਾਈਮ ਵੀ ਹੌਲੀ ਹੌਲੀ ਫਿਰ ਇੰਟਰਨੈਸ਼ਨਲ ਅਕੋਰਡਿੰਗ ਖੇਡਣ ਲੱਗੇ। ਪਹਿਲੀ ਵਾਰ ਮੌਕਾ ਜਦੋਂ ਵਿਦੇਸ਼ੀ ਧਰਤੀ 'ਤੇ ਖੇਡਣ ਦਾ ਮਿਲਿਆ, ਕਦੋਂ ਮਿਲਿਆ? ਮੈਂ 2013 ਦੇ ਵਿੱਚ ਇੰਗਲੈਂਡ ਗ੍ਰੇਵਜ਼ੈਂਡ ਕਲੱਬ ਲਈ ਖੇਡਿਆ ਜੀ। ਹਾਂਜੀ ਠੀਕ ਹੈ। ਉਸ ਤੋਂ ਬਾਅਦ ਲਗਾਤਾਰ ਫਿਰ ਵਿਦੇਸ਼ਾਂ ਦੇ ਵਿੱਚ ਜਾਣਾ ਆਉਣਾ ਲੱਗਾ ਰਿਹਾ ਕਿ ਜਾਂ ਫਿਰ ਪੰਜਾਬ ਦੀ ਧਰਤੀ 'ਤੇ ਜ਼ਿਆਦਾ? ਨਹੀਂ, ਕੈਨੇਡਾ, ਅਮੈਰੀਕਾ ਜੀ, ਸਾਰੇ ਬੰਨੇ ਖੇਡੇ ਇੰਗਲੈਂਡ ਦੇ ਵਿੱਚ, ਹਾਂ ਦੁਬਈ ਵੀ। ਹਾਂਜੀ, ਵਧੀਆ ਕਬੱਡੀ ਦਾ ਜੀ, ਇੰਨਾ ਕੋ ਕਬੱਡੀ ਦਿੱਤਾ ਜੀ, ਕਬੱਡੀ ਸਿਰ 'ਤੇ ਜੀ, ਮਹਾਰਾਜ ਦੀ ਕਿਰਪਾ ਨੇ ਬਹੁਤ ਕੁਛ। ਬਿਲਕੁਲ, ਕਬੱਡੀ ਦੀ ਤੁਸੀਂ ਗੱਲ ਕਰੇ, ਕਬੱਡੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ, ਕਬੱਡੀ ਨੇ ਵੈਸੇ ਬਹੁਤ ਸਾਰੇ ਖਿਡਾਰੀਆਂ ਨੂੰ ਬਹੁਤ ਮਾਨ ਸਨਮਾਨ ਦਿੱਤਾ, ਕਿਤੇ ਐਸੇ ਮੈਚ ਹੋ ਜਾਂਦੇ ਨੇ, ਫਸਵੇਂ ਮੈਚ ਜਿਹਨਾਂ ਨੂੰ ਕਿਹਾ ਜਾਂਦਾ, ਇੱਕ ਯਾਦਗਾਰੀ ਮੈਚ ਹੋ ਜਾਂਦਾ ਕੋਈ ਨਾ ਕੋਈ, ਜਦੋਂ ਬਿਲਕੁਲ ਹੀ ਮੁਕਾਬਲਾ ਕੰਢੇ ਦੇ ਹੁੰਦਾ ਔਰ ਹਾਰਿਆ ਹੋਇਆ ਮੈਚ ਜਿੱਤ ਲਈਦਾ, ਕੋਈ ਇੱਦਾਂ ਦਾ ਮੁਕਾਬਲਾ ਤੁਹਾਡੇ ਤਜਰਬੇ 'ਚ ਹੋਵੇ? ਮੈਂ ਇੱਦਾਂ ਦੇ ਬਹੁਤ ਮੈਚ ਹੈ ਭਾਜੀ, ਹਨਾ ਜੇ ਹੁਣ ਇੱਦਾਂ ਦੀ ਗੱਲ ਕਰੀਏ ਤਾਂ, ਹਨਾ ਬਿਲਕੁਲ ਚਾਹੀਦਾ, ਦਰਸ਼ਕਾਂ ਸੁਣਨਾ ਚਾਹੁੰਦੇ ਤੁਹਾਡੇ, ਜਿੱਦਾਂ ਨੰਗਲ ਅੰਬੀਆਂ ਜੀ, ਬਵੇਲੀ ਹੋ ਗਿਆ ਜੀ, ਬਹੁਤ ਹੋਰ ਵੀ ਟੂਰਨਾਮੈਂਟ ਹੈ ਜੀ, ਅਤੇ ਹੁਣ ਖਿਆਲ ਦੇ ਵਿੱਚ ਨਹੀਂ। ਹਾਂਜੀ, ਅੱਛਾ, ਜਿਹੜਾ ਜਾਫੀ ਹੈ, ਕੋਈ ਐਸਾ ਜਾਫੀ ਜਿਹਦੇ ਤੋਂ ਡਰ ਲੱਗਦਾ ਹੋਵੇ, ਜਾਂ ਕਿਸੇ ਜਾਫੀ ਦਾ ਨਾਂ ਆਣ ਕੇ, ਜਿੱਦਾਂ ਕਈ ਵਾਰੀ ਕੋਈ ਬੋਲਰ ਹੁੰਦਾ ਨਾ ਕੋਈ ਜਿਹੜਾ ਬੈਟਸਮੈਨ ਉਹਨੂੰ ਬੋਲਰ ਤੋਂ ਡਰ ਜ਼ਰੂਰ ਲੱਗਦਾ, ਇਸੇ ਤਰ੍ਹਾਂ ਕਈ ਜਾਫੀ ਹੈ ਜਿਹਨਾਂ ਨੂੰ ਰੇਡਰ ਤੋਂ ਡਰ ਲੱਗਦਾ, ਇਸੇ ਤਰ੍ਹਾਂ ਕੋਈ ਰੇਡਰ ਜਿਵੇਂ ਤੁਸੀਂ ਹੋ, ਤੁਹਾਨੂੰ ਕਿਸੇ ਜਾਫੀ ਤੋਂ ਡਰ ਲੱਗਦਾ ਕਿ ਇਹ ਜਾਫੀ ਕੋਲ ਬਚ ਕੇ ਨਹੀਂ ਆ ਸਕਦਾ? ਨਹੀਂ, ਥੋੜ੍ਹਾ ਮਾੜਾ ਮੋਟਾ ਦਾ ਬੰਦਾ ਕਨਫਿਊਜ਼ ਹੁੰਦਾ ਹੈ ਕਿ ਜਦੋਂ ਵਧੀਆ, ਜਿੱਦਾਂ ਕਿ ਮੰਨ ਲਓ ਟੀਮ ਨਾਲ ਮੈਚ ਹੋਵੇ ਜਾਂ ਪਿੰਡ ਪੱਧਰ ਜਾਂ ਅਕੈਡਮੀ ਹੁੰਦੇ ਆ, ਪਰ ਫਿਰ ਵੀ ਥੋੜ੍ਹਾ ਨਰਵਸ ਹੁੰਦਾ, ਜਦੋਂ ਆਪਾਂ ਖੇਡ ਦੇ ਅਕੋਰਡਿੰਗ ਦੇਖਦੇ ਹਾਂ ਫਿਰ ਕੋਈ ਫਰਕ ਨਹੀਂ ਲੱਗਦਾ ਜੀ। ਅੱਛਾ, ਅੱਜ ਤੁਹਾਡਾ ਅਸੀਂ ਮੈਚ ਦੇਖ ਰਹੇ ਸੀ, ਬੇਸ਼ੱਕ ਕੈਨੇਡਾ ਦੀ ਟੀਮ ਦੇ ਨਾਲ ਮੈਚ ਸੀਗਾ, ਪਰ ਕੈਨੇਡਾ ਦੇ ਖਿਡਾਰੀ ਤੁਹਾਡੇ ਸਾਹਮਣੇ ਇੱਦਾਂ ਲੱਗ ਰਹੇ ਸੀਗੇ ਜਿਵੇਂ ਬੱਚੇ ਹੋਣ ਜਾਂ ਮਤਲਬ ਨਵੇਂ ਨਵੇਂ ਖਿਡਾਰੀ ਹੋਣ? ਨਹੀਂ ਭਾਜੀ, ਇੱਦਾਂ ਨਹੀਂ, ਕਿਉਂਕਿ ਉਹ ਹੁਣ 2-4 ਪਲੇਅਰ ਅੰਡਰ 21 ਆ ਜੀ, ਅਤੇ ਥੋੜ੍ਹੇ ਵਿੱਚ ਐਕਸਪੀਰੀਅੰਸ ਪਲੇਅਰ ਆ, ਥੋੜ੍ਹਾ ਹੌਲੀ ਹੌਲੀ ਜਿੱਦਾਂ ਹੁਣ ਖੇਡਣ ਆਉਣਗੇ ਇੰਡੀਆ ਦੇ ਵਿੱਚ ਆਪਣਾ ਸੀਜ਼ਨ ਖੇਡਣਗੇ, ਅਤੇ ਉਹ ਆਪਣੇ ਕਬੱਡੀ ਬਿਹਤਰ ਹੀ ਕਰਨਗੇ ਆਪਣੀ। ਹਾਂਜੀ, ਹੌਲੀ ਅੱਛਾ ਦੁੱਲਾ ਜੀ, ਤੁਹਾਨੂੰ ਆਲ ਓਵਰ ਵਰਲਡ ਦੇ ਵਿੱਚ ਬਹੁਤ ਫਾਲੋਅਰ ਨੇ, ਬਹੁਤ ਲੋਕ ਪਸੰਦ ਕਰਦੇ ਨੇ, ਦੁੱਲਾ ਜੀ ਦਾ ਫੋਕਸ ਕੀ ਹੈ, ਮਤਲਬ ਤੁਹਾਡੀ ਸੋਚ ਕੀ ਹੈ ਇਸ ਕਬੱਡੀ ਨੂੰ ਲੈ ਕੇ, ਨੌਜਵਾਨਾਂ ਨੂੰ ਲੈ ਕੇ? ਫੋਕਸ ਭਾਜੀ ਇਹੀ ਹੈ ਜੀ ਕਿ ਵਧੀਆ ਖਾਓ ਪੀਓ, ਗੇਮ ਦੇ ਨਾਲ ਜੁੜੋ, ਆਪਣਾ ਟ੍ਰੇਨਿੰਗ ਕਰੋ ਜੀ, ਜਿੰਨੀ ਵੀ ਕਾਰ ਹੁੰਦੀ ਹੈ ਮਾੜੀਆਂ ਚੀਜ਼ਾਂ ਤੋਂ ਬਚੋ ਜੀ, ਵਧੀਆ ਚੀਜ਼ਾਂ ਖਾਓ ਜੀ, ਇਹ ਸਾਰਿਆਂ ਨੂੰ ਜੀ ਕਿ ਅਪੀਲ ਹੈ ਜੀ, ਵਧੀਆ ਚੀਜ਼ਾਂ ਖਾਓ ਜੀ, ਮਾੜੀ ਚੀਜ਼ ਤੋਂ ਬਚੋ। ਅੱਜ ਦੀ ਜੋ ਜਿੱਤ ਹੈ, ਇਸ ਜਿੱਤ ਨੂੰ ਕਿਸ ਨਜ਼ਰੀਏ ਨਾਲ ਦੇਖ? ਨਜ਼ਰੀਆ ਭਾਜੀ ਬਹੁਤ ਵਧੀਆ ਮੈਚ ਸੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਕੈਨੇਡਾ ਟੀਮ ਵੀ ਵਧੀਆ ਖੇਡੀ, ਫਾਈਨਲ ਗਈ ਹੈ, ਜਿੰਨੀਆਂ ਵੀ ਟੀਮਾਂ ਨੇ ਪਾਰਟੀਸਪੇਟ ਕੀਤਾ, ਕਿ ਸਾਰੀਆਂ ਟੀਮਾਂ ਵਧਾਈ ਦੀਆਂ ਹੱਕਦਾਰ ਹੈਗੇ ਜੋ ਪਾਰਟੀਸਪੇਟ ਕਰ। ਇਹ ਮੈਚ ਕਿਤੇ ਅੱਜ ਪਾਕਿਸਤਾਨ ਨਾਲ ਹੁੰਦਾ, ਲੱਗਦਾ ਮੈਚ ਫਸਵਾ ਹੋ ਜਾਣਾ ਸੀ ਪੂਰਾ। ਹਾਂਜੀ ਜ਼ਰੂਰ, ਇਹ ਕਹਿਣ ਵਾਲੀ ਕੋਈ ਸ਼ੱਕ ਨਹੀਂ, ਇੱਥੇ ਜੀ ਪੂਰਾ ਵਧੀਆ ਮੈਚ ਹੋਣਾ, ਚਲੋ ਕਿ ਨੈਕਸਟ ਈਅਰ ਹੋ
ਸੋ ਜਿਨ੍ਹਾਂ ਨੇ ਅੱਜ ਮੈਚ ਨੂੰ ਇੱਕ ਤਰਫਾ ਕਰਕੇ ਰੱਖ ਦਿੱਤਾ ਉਹਨਾਂ ਦੀਆਂ ਜਿੰਨੀਆਂ ਵੀ ਰੇਡਾਂ ਸੀ ਇੱਕ ਵੀ ਰੇਡ ਜਿਹੜੀ ਹੈ ਉਹਨੂੰ ਕੋਈ ਵੀ ਜਾਫੀ ਇਹਨਾਂ ਦੀ ਰੇਡ ਨੂੰ ਰੋਕ ਨਹੀਂ ਸਕਿਆ ਇਸ ਰੇਡਰ ਨੂੰ ਦੁੱਲੇ ਨੂੰ ਕੋਈ ਰੋਕ ਨਹੀਂ ਸਕਿਆ ਸੋ ਇਹ ਸੀ ਦੁੱਲਾ ਜਿਸ ਨੂੰ ਲੋਕੀ ਬਹੁਤ ਪਸੰਦ ਕਰਦੇ ਨੇ ਕਬੱਡੀ ਦਾ ਸਰਤਾਜ ਕਹਿ ਜਾਂਦੇ